ਸਤਿ ਸ਼੍ਰੀ ਅਕਾਲ ਜੀ, ਮੈਂ ਵਿੰਦਰ ਕੌਰ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡਾ ਫੇਵਰੇਟ ਵਾਲਾ ਸ਼ੋਅ ਸਾਰ ਪੰਜਾਬ ਦੀ ਲੈ ਕੇ। ਵੈਲ, ਇਸ ਗੇਟ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਅੱਜ ਦਾ ਜਿਹੜਾ ਸ਼ਹਿਰ ਹੈ ਕਿਹੜਾ ਹੋਣਾ। ਯੈਸ, ਐਗਜੈਕਟਲੀ ਮੁਕਤਸਰ ਸਾਹਿਬ। ਅਤੇ ਮੁਕਤਸਰ ਸਾਹਿਬ ਦੀ ਸੈਰ ਕਰਨ ਤੋਂ ਪਹਿਲਾਂ, ਆਈ ਮੀਨ ਸੈਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਮੈਂ ਚਾਹੁੰਦੀ ਕਿ ਤੁਸੀਂ ਇਸ ਸਿਟੀ ਦੇ ਇਤਿਹਾਸ 'ਤੇ ਇੱਕ ਨਜ਼ਰ ਮਾਰ ਲਓ, ਬਿਕੋਜ਼ ਇਸ ਸ਼ਹਿਰ ਦਾ ਜਿਹੜਾ ਇਤਿਹਾਸ ਹੈ ਬਹੁਤ ਹੀ ਜ਼ਿਆਦਾ ਮੰਨਿਆ ਪ੍ਰਮੰਨਿਆ ਇਤਿਹਾਸ ਹੈ। ਦੇਖਾਂਗੇ ਕਿ ਇਸ ਸ਼ਹਿਰ ਦੇ ਵਿੱਚ ਕੀ ਖਾਸ ਹੈ ਅਤੇ ਕੀ ਕੁਝ ਬਦਲਿਆ। ਭਾਈ, ਸੈਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਾਰੋ ਇੱਕ ਨਜ਼ਰ ਤੁਸੀਂ ਇਸ ਸ਼ਹਿਰ ਦੇ ਇਤਿਹਾਸ 'ਤੇ। ਸਿਟੀ ਦੀ ਸੈਰ ਦੇ ਵਿੱਚ ਮੇਰਾ ਇੱਕ ਖਾਸ ਮੋਟਿਵ ਹੈ ਕਿ ਸਿਟੀ ਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਆਈਆਂ ਨੇ ਜਾਂ ਜਿਹੜੀਆਂ ਨਿਊ ਡਿਵੈਲਪਮੈਂਟਸ ਹੋਈਆਂ ਨੇ, ਉਹ ਸਾਰੀਆਂ ਕਵਰਅਪ ਹੋਣ ਅਤੇ ਡੈਫੀਨੇਟਲੀ ਪੰਜਾਬ ਦਾ ਨਾਮ ਜਿਹੜਾ ਇੰਡਸਟਰੀ ਦੇ ਵਿੱਚ ਕਿਸ ਹੱਦ ਤੱਕ ਜਿਹੜਾ ਡਿਵੈਲਪ ਕਰ ਚੁੱਕਿਆ, ਪੂਰੇ ਪੰਜਾਬ ਨੂੰ ਪਤਾ ਲੱਗਣਾ ਚਾਹੀਦਾ। ਫਿਲਹਾਲ ਬੁਰਾ ਰੋਡ 'ਤੇ ਇਸ ਵਕਤ ਮੈਂ ਖੜੀ ਹਾਂ ਅਤੇ ਇਸ ਟਾਈਮ ਵੈਰਾ ਆਇਲ ਦੀ ਜਿਹੜੀ ਕੰਪਨੀ ਹੈ ਇਹਦੇ ਬਿਲਕੁਲ ਸਾਹਮਣੇ ਖੜੀ ਹਾਂ। ਅਤੇ ਨਾਲ ਦੀ ਨਾਲ ਤੁਹਾਨੂੰ ਪਤਾ ਇੱਕ ਸਰਪ੍ਰਾਈਜ਼ ਹੈ, ਮਿੰਨੀ ਬ੍ਰਾਂਡ ਅੰਬੈਸਡਰ ਇਸ ਵਕਤ ਕੰਪਨੀ ਦੀ ਮੇਰੇ ਨਾਲ ਹੈ। ਇਹ ਹੈ ਜੀ ਆਯਾਤੀ ਅਰੋੜਾ, ਮਿੰਨੀ ਬ੍ਰਾਂਡ ਅੰਬੈਸਡਰ ਇਸ ਵੇਰਾ ਆਇਲ ਕੰਪਨੀ ਦੇ। ਅਤੇ ਹੁਣ ਆਪਾਂ ਕੰਪਨੀ ਦੀ ਸੈਰ ਜਿਹੜੀ ਹੈ ਨਾ ਇਸ ਬ੍ਰਾਂਡ ਅੰਬੈਸਡਰ ਨੂੰ ਨਾਲ ਲੈ ਕੇ ਕਰਨੀ ਹੈ। ਵੈਸੇ ਹੈਲੋ ਮੈਮ, ਸ਼ੀ ਸੋ ਸ਼ਾਇ ਨਾ, ਵੈਲ ਸ਼ੀ ਇਜ਼ ਵੈਰੀ ਸਵੀਟ ਐਜ਼ ਵੈਲ। ਅਤੇ ਹੋਰ ਕੀ ਇਹਨਾਂ ਦੀ ਸਵੀਟਨੈਸ ਦੇ ਨਾਲ ਇਸ ਕੰਪਨੀ ਦੇ ਵਿੱਚ ਹੈ ਵੇਰਾ ਆਇਲ ਦੀ, ਇਹ ਆਪਾਂ ਦੇਖਾਂਗੇ ਜੀ ਅੰਦਰ ਜਾ ਕੇ। ਚਲੋ ਫਿਰ ਚੱਲਦੇ ਹਾਂ, ਚੱਲੀਏ ਜੀ। ਮੇਰੇ ਵੇਰਾ ਆਇਲ ਦੀ ਤਿਆਰੀ ਤਾਂ ਹੋ ਚੁੱਕੀ, ਮੈਂ ਚੱਲੀ ਹਾਂ ਜੀ ਆਇਲ ਲੈ ਕੇ ਘਰ। ਅਤੇ ਬ੍ਰਾਂਡ ਅੰਬੈਸਡਰ ਜੀ ਨੇ ਵੀ ਮੈਨੂੰ ਕਹਿ ਦਿੱਤਾ ਕਿ ਸਿਰਫ ਇੱਕ ਨਹੀਂ, ਤੁਸੀਂ ਜਿੰਨੀਆਂ ਬੋਟਲਸ ਚਾਹੋ ਲੈ ਕੇ ਜਾ ਸਕਦੇ ਹੋ। ਸੋ ਮੇਰੇ ਖਿਆਲ ਦੇ ਵਿੱਚ ਮੈਨੂੰ ਆਪਣੇ ਮਹੀਨੇ ਦੇ ਘਰ ਦੇ ਬਜਟ ਦੀ ਜਿਹੜੀ ਹੈ ਨਾ ਉਹ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਵੇਰਾ ਆਇਲ ਜਿਹੜਾ ਹੈ ਕਿਤੇ ਘੱਟ ਨਾ ਪੈ ਜਾਵੇ, ਬਿਕੋਜ਼ ਇੰਨਾ ਸਾਰਾ ਤੇਲ ਦੇ ਕੇ ਮੈਨੂੰ ਲੱਗਦਾ ਕਿ ਘੱਟ ਪੈ ਵੀ ਨਹੀਂ ਸਕਦਾ। ਇੰਟਰਸਟਿੰਗ ਜੀ ਸੈਰ ਤੋਂ ਬਾਅਦ ਮੈਂ ਮੌਜੂਦਾ ਜੀ ਇੱਥੋਂ ਦੀ ਮੈਨੇਜਮੈਂਟ ਟੀਮ ਦੇ ਨਾਲ, ਡਾਇਰੈਕਟਰ ਸਰ ਮਿਸਟਰ ਧੀਰਜ ਐਂਡ ਚੇਅਰਮੈਨ ਸਰ ਮਿਸਟਰ ਵਿਜੇ ਕੁਮਾਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਨੂੰ ਇਹ ਦੱਸੋ ਕਿ ਇਹ ਜਿਹੜਾ ਸੈਟਅਪ ਤੁਸੀਂ ਇਸਟੈਬਲਿਸ਼ ਕੀਤਾ ਹੈ, ਕਿੰਨੀ ਕੁ ਮਿਹਨਤ ਜਿਹੜੀ ਤੁਹਾਡੀ ਇਸ ਦੇ ਮਗਰ ਲੱਗੀ ਹੈ? ਸਾਡੇ ਚੇਅਰਮੈਨ ਸਰ ਦਾ ਇਹਨਾਂ ਦਾ ਖੁਆਬ ਸੀ ਜੀ ਕਿ ਅੱਜ ਦਾ ਜਿਹੜਾ ਦੌਰ ਹੈ, ਜਿਸ ਦੌਰ 'ਚ ਅਸੀਂ ਲੰਘ ਰਹੇ ਹਾਂ ਜੀ, ਪੈਸੇ ਦੀ ਚੂਹਾ ਦੌੜ ਦੇ ਅੰਦਰ ਹਰ ਆਦਮੀ ਸ਼ਾਮਿਲ ਹੋਇਆ ਹੈ ਜੀ, ਉਸ ਦੇ ਅੰਦਰ ਕੀ ਹੈ ਕਿ ਮਨੁੱਖੀ ਕਦਰਾਂ ਕੀਮਤਾਂ ਘੱਟ ਰਹੀਆਂ ਹਨ ਅਤੇ ਪੈਸੇ ਨੂੰ ਮੁੱਖ ਰੱਖਦੇ ਹੋਏ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਉਪਭੋਗਤਾ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਖਿਲਵਾੜ ਕੀਤਾ ਜਾ ਰਿਹਾ, ਔਰ ਇੱਕ ਮਿਸ਼ਨ ਹੈ ਕਿ ਕੁਆਲਿਟੀ ਜਿਹੜੀ ਹੈ, ਹਰ ਇਨਸਾਨ ਦਾ ਰਾਈਟ ਹੈ ਕਿ ਉਹ ਕੁਆਲਿਟੀ ਨੂੰ ਮਤਲਬ ਯੂਜ਼ ਕਰੇ ਔਰ ਅੱਛੇ ਪ੍ਰੋਡਕਟ ਖਾਣ ਲਈ ਉਹ ਜਿਹੜਾ ਹੈ ਉਸਨੂੰ ਪੂਰੇ ਪੈਸੇ ਦੇ ਕੇ ਵੀ ਚੀਜ਼ ਜੋ ਹੈ ਵਧੀਆ ਮਿਲਣੀ ਚਾਹੀਦੀ ਹੈ ਔਰ ਇਸ ਦੇ ਲਈ ਅਸੀਂ ਵਚਨਬੱਧ ਹਾਂ। ਤੇ ਹੁਣ ਤੱਕ ਦਾ ਤੁਹਾਡਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ? ਬਹੁਤ ਮਿਹਨਤ ਕਰ ਰਹੇ ਹਾਂ ਅਸੀਂ ਦਿਨ ਰਾਤ ਜੀ, ਬਹੁਤ ਬੱਚੇ ਵੀ ਮਿਹਨਤ ਕਰ ਰਹੇ ਨੇ, ਅਸੀਂ ਬਹੁਤ, ਸਾਡੀ ਬਸ ਇਨਸਾਨੀਅਤ ਇਹ ਹੀ ਹੈ ਕਿ ਕੁਆਲਿਟੀ। ਅੱਛਾ ਸਰ, ਤੁਹਾਡੇ ਤੋਂ ਮੇਰਾ ਸਵਾਲ ਇਹ ਹੈ ਕਿ ਇਹ ਜਿਹੜਾ ਸਟੈਬਲਿਸ਼ ਤੁਸੀਂ ਪ੍ਰੋਜੈਕਟ ਕੀਤਾ ਮੁਕਤਸਰ ਦੇ ਵਿੱਚ, ਕਿੰਨੀ ਦੇਰ ਹੋ ਗਈ? ਇਹਨੂੰ 6 ਸਾਲ ਹੋ ਗਿਆ ਜੀ, ਮਤਲਬ ਚਾਲੂ ਚ ਕੀਤੇ ਨੂੰ ਕੰਮ ਨੇ। ਓਕੇ, ਬਹੁਤ ਸਾਰੇ ਮਤਲਬ ਸਾਡੀ ਤਮੰਨਾ ਸੀ ਮੇਰੀ ਜੇ ਮਾਰਾ ਫੈਕਟਰੀ ਦਾ ਨਾਮ ਹੋਵੇ ਜੀ ਇੰਡੀਆ 'ਚ, ਹੋਵੇ ਪਤਾ ਚੱਲੇ ਵੀ ਮੁਕਤਸਰ 'ਚ ਕੰਮ ਕਰਦਾ ਹੈ ਕੋਈ। ਸਰ, ਇਸ ਤੋਂ ਇਲਾਵਾ ਫਿਊਚਰ ਦੇ ਵਿੱਚ ਤੁਹਾਡੇ ਕੀ ਪਲਾਨਸ ਨੇ ਖਾਸ ਤੌਰ ਤੇ ਮੁਕਤਸਰ ਸਿਟੀ ਨੂੰ ਲੈ ਕੇ? ਹਮਨੇ ਹੁਣ ਬਹੁਤ ਇੱਕ ਹੋਰ ਫੈਕਟਰੀ ਲਗਾ ਰਿਹਾ ਹੈ
जो बनौला खाल दी रामबाण असी क्वालिटी कढ़ी पशुओं वास्ते खाल मतलब बनौला सीड का मारा आ रहा और फीड आ रही है फैक्ट्री लगा रहे असी नवी होर पशुओं लिए साड़ी बहुत मतलब तमन्ना है कि शुद्ध चीज़ मिले। वेरा ऑयल दे नाल फ्रिस एंड गोल्ड टी का नाम जो कि जुड़िया हो की रहा बेसिकली कि चाय के अंदर मतलब जो सही चाय होनी चाहिए वो मार्केट नहीं दिती जा रही साडा की है असी मतलब आसाम द्वारस के जोड़े अच्छे गार्डन है चुनिंदा वो असी डायरैक्ट साड़ी बाइंग करते हैं उस तो बाद ब्लैंडिंग साडा यूनिट इतने है सारा प्रोसैस असी करते हैं लैब साड़ी हाईटैक लैब है वो अंदर साडा जोड़ा है मतलब जो चाय साड़ी पैरामीटर च नहीं आती वो असी उन्हें रिजैक्ट कर देने सर विश यू ऑल द बेस्ट फ्यूचर के लिए तो इस तरह जो पंजाब का नाम है रोशन करते रहो बट फिलहाल ये जी गलबात मैं कर दी थी तो इस तरह इंट्रस्टिंग जी मैं लगना है भी मैं होर थोड़े सवाल पूछी जावा बिकॉज सर ने मैं दसता भी बेसन का प्लान भी आ रहा फोर्ट कमिंग बट फिलहाल टाइम हो चुका है जी मुक्तसर की अगली डेस्टिनेशन पर पहुंचने का सो चलो जी चलते हैं चुका है जी साड़ी एजुकेशन का खास तौर पर वो एजुकेशन जी साडे सुपनों को पूरा करती है वो भी फॉरम के सैटल होने के लिए वैल इसी चीज़ को ध्यान में रखते हुए मैं पहुँच चुकी जी बाबा फरीद एजुकेशनल कंसलटेंसी के जी कि मैं ये दसेगी कि जे मैं फॉरम के सैटल होना है तो आइल्स तो अलावा होर की करना पैना है तो होर कि स्टडी इंपोर्टेंट ने की सरकमस्टांसिज ने यह सब जानने चलते हैं फिर आप बाबा फरीद एजुकेशनल कंसलटेंसी के पास मैं लापला इतों दे डायरेक्टर्स वैसे डोनोइस एजुकेशनल इंस्टीट्यूट है क्लासेस चल रही नहीं तो डिस्टर्बेंस क्रिएट करना बिल्कुल अपना मोटिव नहीं है इदा करो तुम जब तक इस अकैडमी पर एक नज़र मारो तो मैं डायरेक्टर्स में लगा तो यार फॉरन जाने का प्लान की है पूछा तो सही घटो घट ਤੁਸੀਂ ਆਪਣੀ ਐਜੂਕੇਸ਼ਨ ਦੇ ਲਈ ਜਾਂ ਆਪਣੇ ਸਟੂਡੈਂਟ ਵੀਜ਼ਾ ਦੇ ਲਈ ਬਾਬਾ ਫਰੀਦ ਇਸ ਐਜੂਕੇਸ਼ਨਲ ਕੰਸਲਟੈਂਸੀ ਨੂੰ ਹੀ ਕਿਉਂ ਚੂਜ਼ ਕੀਤਾ ਬਿਕੋਜ਼ ਇਹ ਕੰਸਲਟੈਂਸੀ ਬਹੁਤ ਵਧੀਆ ਇੱਥੋਂ ਸਰਵਿਸ ਬਹੁਤ ਜ਼ਿਆਦਾ ਫਾਸਟ ਹੈ ਐਂਡ ਸਾਰਾ ਸਟਾਫ ਬਹੁਤ ਕੋਆਪਰੇਟਿਵ ਕਿੰਨੇ ਦਿਨਾਂ 'ਚ ਤੁਹਾਡਾ ਜਿਹੜਾ ਵੀਜ਼ਾ ਤੁਹਾਨੂੰ ਮਿਲ ਗਿਆ ਮੈਮ 25 ਟੂ 30 ਡੇਜ਼ ਲੱਗੇ ਸੀਗੇ ਵੀਜ਼ਾ ਆਉਣ ਤੇ ਠੀਕ ਹੈ ਐਕਸਪੈਕਟਿਡ ਸੀ ਕਿ ਆ ਸੀਰੀਅਸਲੀ ਸਰਪ੍ਰਾਈਜ਼ ਸੀ ਸਰਪ੍ਰਾਈਜ਼ ਹੀ ਸੀਗਾ ਤੇ ਹੁਣ ਕਿਵੇਂ ਦਾ ਲੱਗ ਰਿਹਾ ਬਹੁਤ ਚੰਗਾ ਫੀਲ ਹੋ ਰਿਹਾ ਮੈਮ ਬਾਹਰ ਜਾਣਾ ਹੈ ਐਕਸੈਪਟ ਫੋਰਨ ਜਾਣਾ ਹੈ ਇਸ ਕਰਕੇ ਬਹੁਤ ਅੱਛਾ ਲੱਗ ਰਿਹਾ ਲਖਵਿੰਦਰ ਸਰ ਨਾਮ ਤਾਂ ਬੜਾ ਸੁਣ ਲਿਆ ਸੀ ਫਿਲਹਾਲ ਮੈਂ ਪਹੁੰਚ ਵੀ ਗਈ ਜੀ ਡਾਇਰੈਕਟਰ ਸਰ ਲਖਵਿੰਦਰ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸਰ ਤੁਸੀਂ ਇਹਨੇ ਫੇਮਸ ਕਿਉਂ ਤੁਹਾਨੂੰ ਸਟੂਡੈਂਟਸ ਨੇ ਦੱਸ ਦਿੱਤਾ ਹੈ ਹਾਂ ਰਾਈਟ ਠੀਕ ਹੈ ਅੱਛਾ ਸਰ ਜੇ ਮੈਂ ਤੁਹਾਡੀ ਇਸ ਐਜੂਕੇਸ਼ਨਲ ਕੰਸਲਟੈਂਸੀ ਦੀ ਗੱਲ ਕਰਾਂ ਤਾਂ ਇਹ ਸਿਟੀ ਮੁਕਤਸਰ ਦੇ ਵਿੱਚ ਤੁਸੀਂ ਕਦੋਂ ਓਪਨ ਕੀਤੀ ਅਸੀਂ 2011 ਤੋਂ ਇਹ ਸਟੱਡੀ ਵੀਜ਼ੇ ਨਾਲ ਡੀਲ ਕਰ ਰਹੇ ਹਾਂ ਪਰ ਪਿੱਛੇ ਜੇ ਤੋਂ ਅਸੀਂ ਆਈਲੈਟਸ ਕਲਾਸਿਸ ਵੀ ਸਟਾਰਟ ਕਰ ਦਿੱਤੀਆਂ ਕਿਉਂਕਿ ਜਦੋਂ ਸਟੂਡੈਂਟ ਸਾਡੇ ਆਫਿਸ ਵਿਜ਼ਿਟ ਕਰਦੇ ਸੀ ਤਾਂ ਸਾਨੂੰ ਬਹੁਤ ਕੁਐਰੀਜ਼ ਆਉਂਦੀਆਂ ਸੀ ਜਿਹਦੇ ਵਿੱਚ ਸਟੂਡੈਂਟਸ ਡਿਮਾਂਡ ਕਰਦੇ ਸੀਗੇ ਆਈਲੈਟਸ ਦੀ ਕੋਚਿੰਗ ਵੀ ਤੁਸੀਂ ਸਟਾਰਟ ਕਰੋ ਤਾਂ ਕਰਕੇ ਹੁਣ ਅਸੀਂ ਸਟੱਡੀ ਵੀਜ਼ੇ ਦੇ ਨਾਲ ਨਾਲ ਆਈਲੈਟਸ ਵੀ ਸਟਾਰਟ ਕਰ ਦਿੱਤਾ ਹੈ ਜਿਹਦੇ ਲਈ ਸਟੂਡੈਂਟ ਨੂੰ ਹੁਣ ਬਾਹਰ ਕਿਸੇ ਦੂਰ ਦੀ ਸਿਟੀ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਲਈ ਸਾਰੀਆਂ ਫੈਸਿਲਿਟੀਜ਼ ਇੱਥੇ ਹੀ ਅਵੇਲੇਬਲ ਹੈ ਮੁਕਤਸਰ ਸਿਟੀ ਤੋਂ ਸਟੂਡੈਂਟ ਆ ਹੀ ਰਹੇ ਆ ਨਾਲ ਦੀ ਨਾਲ ਦੂਰ ਦੂਰ ਤੋਂ ਸਟੂਡੈਂਟ ਜਿਵੇਂ ਫਿਰੋਜ਼ਪੁਰ ਏਰੀਆ ਦੇ ਵੀ ਸਾਨੂੰ ਕਾਫੀ ਸਟੂਡੈਂਟ ਹੈ ਜਿਨ੍ਹਾਂ ਨੇ ਇੱਥੇ ਅਨਰੋਲ ਹੋ ਚੁੱਕੇ ਆ ਤਾਂ ਇਹਦਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਤੁਹਾਨੂੰ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਐਂਡ ਯੂਕੇ ਲਈ ਸਟੱਡੀ ਵੀਜ਼ਾ ਡੀਲ ਕਰ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਲੋਕ ਜਦੋਂ ਕੋਈ ਵੀ ਪ੍ਰੇਜ਼ ਕਰਦਾ ਹੈ ਤਾਂ ਇਹ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਅਤੇ ਜੇ ਕਿਸੇ ਲਈ ਕੁਝ ਵੀ ਕਰ ਸਕੀਏ
ਤਾਂ ਇਹ ਸਾਡੇ ਲਈ ਬਹੁਤ ਵਧੀਆ ਮਾਣ ਵਾਲੀ ਗੱਲ ਹੈ ਜੀ। ਆਉਣ ਵਾਲੇ ਸਮੇਂ 'ਚ ਅਸੀਂ ਯੂ ਐੱਸ ਏ ਵੀ ਸਟਾਰਟ ਕਰ ਰਹੇ ਹਾਂ, ਜਿਸ ਦੇ ਲਈ ਕਿ ਸਟੂਡੈਂਟ ਵੀਜ਼ੇ ਜੋ ਸਟੂਡੈਂਟ ਯੂ ਐੱਸ ਏ ਜਾ ਕੇ ਪੜ੍ਹਨਾ ਚਾਹੁੰਦੇ ਹੈ ਤਾਂ ਉਹ ਆਪਣਾ ਡ੍ਰੀਮ ਪੂਰਾ ਕਰ ਸਕਦੇ ਆ। ਓਕੇ, ਚਲੋ ਸਰ, ਵਿਸ਼ ਯੂ ਆਲ ਦਾ ਬੈਸਟ ਐਂਡ ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਥੈਂਕ ਯੂ। ਲਓ ਜੀ, ਯੂ ਐੱਸ ਵੀ ਵੇਟ ਕਰਨ ਵਾਲਾ ਹੈ ਮੁਕਤਸਰ ਵਾਲਿਆਂ ਦੀ ਬਹੁਤ ਜਲਦੀ। ਫਿਲਹਾਲ ਮੁਕਤਸਰ ਸਿਟੀ ਮੇਰੀ ਵੇਟ ਕਰ ਰਹੀ ਹੈ, ਬਿਕੋਜ਼ ਨੈਕਸਟ ਡੈਸਟੀਨੇਸ਼ਨ ਯੂ ਨੋ ਸਰਪ੍ਰਾਈਜ਼ ਹੈ। ਚਲੋ ਮਿਲ ਕੇ ਦੇਖਦੇ ਹਾਂ ਕਿਹੜੀ ਹੋਏਗੀ। ਮੁਕਤਸਰ ਦੇ ਸਟਾਈਲ ਦਾ ਪ੍ਰਿੰਸ ਸਟਾਈਲ 'ਤੇ ਮੈਂ ਪਹੁੰਚ ਚੁੱਕੀ ਹਾਂ, ਇੱਥੋਂ ਦੇ ਸਟਾਈਲ ਨੂੰ ਫੋਲੋ ਕਰਨ ਦੇ ਲਈ ਵੀ ਅਤੇ ਇਹ ਜਾਣਨ ਦੇ ਲਈ ਕਿ ਮੁਕਤਸਰ ਵਾਲੇ ਕਿਹੜਾ ਸਟਾਈਲ ਫੋਲੋ ਕਰਦੇ ਆ, ਖਾਸ ਤੌਰ 'ਤੇ ਮੈਨਸ ਵੀਅਰ ਦੇ ਵਿੱਚ, ਬਿਕੋਜ਼ ਕੰਪਲੀਟ ਮੈਨਸ ਵੀਅਰ ਹੈ। ਕੁੜਤਾ ਪਜਾਮਾ ਵੀ ਬਹੁਤ ਵਧੀਆ ਮਸ਼ਹੂਰ ਹੈ ਕੁੜਤਾ ਦਾ ਮੁਕਤਸਰ ਦਾ, ਹਾਲਾਂਕਿ ਹੁਣ ਤਾਂ ਤੁਸੀਂ ਵੇਖਿਆ ਇੱਥੇ ਕੋਟ ਪੈਂਟ ਵੀ ਬਹੁਤ ਨਾ ਵੀ ਵਧੀਆ ਸਾਰਿਆਂ ਨੂੰ ਲੱਗਦਾ ਕਿ ਆਉਂਦੇ ਆ। ਇਹਨਾਂ ਕੋਲ ਹਰੇਕ ਮੌਸਮ ਦਾ ਕੁੜਤਾ ਪਜਾਮਾ ਮਿਲਦਾ ਆਪਾਂ ਨੂੰ, ਹੈ ਨਾ, ਹਰੇਕ ਤਰ੍ਹਾਂ ਦਾ ਸਟੱਫ ਮਿਲਦਾ, ਫਿਟਿੰਗ ਮਿਲਦੀ ਹੈ ਪ੍ਰੋਪਰ, ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦਾ ਇਹ ਨਹੀਂ ਵੀ ਵਧੀਆ, ਬਹੁਤ ਵਧੀਆ ਸਾਨੂੰ ਇਸ ਕਰਕੇ ਅਸੀਂ ਸਪੈਸ਼ਲ ਇੱਥੋਂ 100 ਕਿਲੋਮੀਟਰ ਤੋਂ ਇੱਥੇ ਆਉਂਦੇ ਹਾਂ। ਪ੍ਰਿੰਸ ਸਟਾਈਲ ਦੀ ਸਟਾਈਲਿਸ਼ ਜੀ ਸੈਰ ਜਿਹੜੀ ਹੈ ਬਹੁਤ ਹੀ ਇੰਜੋਏਬਲ ਰਹੀ, ਬਹੁਤ ਹੀ ਇੰਟਰਸਟਿੰਗ ਵੀ ਰਹੀ, ਬਟ ਫਿਲਹਾਲ ਮੈਂ ਕਹਿ ਸਕਦੀ ਕਿ ਮੈਂ ਇੱਥੋਂ ਕੋਈ ਸ਼ੋਪਿੰਗ ਨਹੀਂ ਕਰ ਸਕਦੀ ਸੀ ਮੈਨਸ ਵੀਅਰ ਐਂਡ ਮੈਨਸ ਕਲੈਕਸ਼ਨ, ਬਟ ਸਟਿਲ ਮੇਰਾ ਨਾ ਮਤਲਬ ਜਜ਼ਬਾ ਜਿਹੜਾ ਕਾਇਮ ਹੈ ਮੁਕਤਸਰ ਦੀ ਸੈਰ ਜਿਹੜੀ ਹੈ ਬਿਲਕੁਲ ਕੰਟੀਨਿਊ ਹੈ, ਅਤੇ ਦੇਖਦੇ ਹਾਂ ਕਿ ਇਸ ਸਿਟੀ ਦੇ ਵਿੱਚ ਨੈਕਸਟ ਮੇਰੇ ਲਈ ਕੀ ਹੈ। ਹੋ ਸਕਦਾ ਕਿ ਮੈਨੂੰ ਕੁਛ ਮਿਲ ਜਾਵੇ, ਆਪਣੇ ਲਈ ਉਹਦੇ ਲਈ ਜਾਣਾ ਪੈਣਾ ਪ੍ਰਿੰਸ ਸਟਾਈਲ ਨੂੰ। ਬਾਏ ਬਾਏ ਕਹਿ ਕੇ ਦੇਖ ਕੇ ਲੱਗ ਰਿਹਾ ਨਾ ਵੀ ਸ਼ਾਇਦ ਮੈਂ ਕਿਸੇ ਕਿਲੇ ਦੇ ਵਿੱਚ ਆ ਗਈ, ਨਹੀਂ ਬਿਲਕੁਲ ਵੀ ਨਹੀਂ, ਇਹ ਹੈ ਜੀ ਨਰਾਇਣਗੜ੍ਹ ਕਿਲਾ ਜਿਹੜਾ ਕਿ ਮੁਕਤਸਰ ਤੋਂ ਥੋੜ੍ਹਾ ਜਿਹਾ ਸਿਟੀ ਤੋਂ ਪਾਰਟ ਹੈ, ਬਟ ਬਹੁਤ ਹੀ ਬਿਊਟੀਫੁਲ ਪਲੇਸ ਹੈ। ਇਸ ਕਰਕੇ ਨਾ ਜਦੋਂ ਮੈਂ ਸੁਣਿਆ ਕਿ ਹਾਂ ਇਸ ਤਰ੍ਹਾਂ ਦੀ ਕੋਈ ਜਗ੍ਹਾ ਹੈਗੀ ਹੈ ਇੱਥੇ, ਤਾਂ ਮੇਰਾ ਦਿਲ ਕੀਤਾ ਵੀ ਮੈਂ ਜਲਦੀ ਜਲਦੀ ਪਹੁੰਚ ਜਾਂ, ਸੋ ਮੈਂ ਪਹੁੰਚ ਗਈ ਹਾਂ ਜੀ ਅਕੋਰਡਿੰਗ ਟੂ ਮਾਈ ਪਲਾਨਸ। ਵੈਲ ਫਿਲਹਾਲ ਮੈਂ ਕਰਨੀ ਜੀ ਇੱਥੋਂ ਦੀ ਸੈਰ, ਅਤੇ ਦੇਖਣਾ ਆ ਕਿ ਕੀ ਖਾਸ ਜਿਹੜਾ ਇਸ ਸਿਟੀ ਦੇ ਲੋਕਾਂ ਨੂੰ ਜਿਹੜਾ ਨਰਾਇਣਗੜ੍ਹ ਕਿਲਾ ਟਾਈਪ ਰਿਜ਼ੋਰਟ ਹੈ ਇਹਨਾਂ ਜ਼ਿਆਦਾ ਅਟਰੈਕ ਕਰ ਰਿਹਾ। ਚਲੋ ਆਓ ਫਿਰ ਦੇਖਦੇ ਹਾਂ। ਜਿਵੇਂ ਗੈਦਰਿੰਗ ਦੀ ਗੱਲ ਕਰਾਂ ਤਾਂ ਗੈਦਰਿੰਗ ਐਜ ਯੂਜੁਅਲ ਬਹੁਤ ਜ਼ਿਆਦਾ ਓਪਨ ਹੈ, ਖੁੱਲ੍ਹੀ ਡੁੱਲੀ ਹੈ, ਡੈਫੀਨੇਟਲੀ ਪੰਜਾਬੀਆਂ ਵਾਲਾ ਜਿਹੜਾ ਮਾਹੌਲ ਹੈ ਨਾ ਕ੍ਰੀਏਟ ਕਰਨ ਵਾਲੀ ਹੈ, ਵੀ ਕੋਈ ਵੀ ਤੁਸੀਂ ਫੰਕਸ਼ਨ ਜਿਹੜਾ ਆ, ਕੋਈ ਵੀ ਪਾਰਟੀ ਜਿਹੜੀ ਆ, ਖੁੱਲ੍ਹ ਕੇ ਇੰਜੋਏ ਕਰ ਸਕਦੇ ਹੋ ਆਪਣੇ ਸਾਰੇ ਦੇ ਸਾਰੇ ਰਿਸ਼ਤੇਦਾਰਾਂ ਦੇ ਨਾਲ। ਅਤੇ ਵੈਸੇ ਤਾਂ ਅੱਜ ਕੱਲ੍ਹ ਸਰਦੀਆਂ ਚੱਲ ਰਹੀਆਂ ਨੇ, ਬਟ ਬਹੁਤ ਇੰਪੋਰਟੈਂਟ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਵੀ ਹੋਣੀ ਹੈ, ਸੋ ਹੌਲੀ ਐਂਡ ਸੋਲੀ ਏਅਰ ਕੰਡੀਸ਼ਨ ਹਾਲ ਵੀ ਤੁਹਾਨੂੰ ਮਿਲ ਰਿਹਾ, ਬਟ ਇਸ ਹਾਲ ਦੀ ਜਿਹੜੀ ਇੰਟਰਨਲ ਖੂਬਸੂਰਤੀ ਹੈ ਨਾ ਉਹ ਤਾਂ ਅੰਦਰ ਜਾ ਕੇ ਦੇਖਾਂਗੇ। ਹਾਂਜੀ ਹੋਰ
ਹੋਰ ਜਿਹੜੀ ਨਾਲ ਫੈਸਿਲਿਟੀ ਅਟੈਚ ਹੈ ਉਹ ਹੈ ਜੀ ਗ੍ਰੀਨ ਰੂਮਸ ਦੀ। ਗ੍ਰੀਨ ਰੂਮਸ ਜਿਹੜੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ, ਮੀਨ ਇਸ ਹਾਲ ਦੀ ਤਰ੍ਹਾਂ ਏਅਰ ਕੰਡੀਸ਼ਨ ਨੇ, ਵੈਲ ਫਰਨਿਸ਼ਡ ਨੇ। ਅਤੇ ਇੱਕ ਹੋਰ ਚੀਜ਼, ਪਾਰਕਿੰਗ ਐਟ ਯੋਰ ਓਨ ਰਿਸਕ, ਨੋ ਰਿਸਕ, ਪਾਰਕਿੰਗ ਵੀ ਸਾਡਾ ਰਿਸਕ ਹੈ ਜੀ, ਯੂ ਨੋ, ਬਿਕੋਜ਼ ਇੰਨਾ ਘੈਂਟ ਜਿਹਾ ਜਿਹੜਾ ਰਿਜ਼ੋਰਟ ਬਣਾਉਣ ਤੋਂ ਬਾਅਦ ਕੋਈ ਪਾਰਕਿੰਗ ਦਾ ਰਿਸਕ ਕਿਵੇਂ ਲੈ ਸਕਦਾ ਹੈ? ਸਵਾਲ ਹੀ ਪੈਦਾ ਨਹੀਂ ਹੁੰਦਾ, ਹੈ ਨਾ। ਕੂਲ ਜੇ ਇਸ ਹਾਲ ਦੀ ਗੈਦਰਿੰਗ ਵੀ ਜਿਹੜੀ ਹੈ ਨਾ ਪੂਰੇ 2000 ਹੈ, ਯਾਨੀ ਕਿ ਜਿੰਨੀ ਗੈਦਰਿੰਗ ਬਾਹਰ ਦੀ ਹੈ ਉੰਨੀ ਹੀ ਅੰਦਰ ਦੀ ਹੈ। ਅਤੇ ਇੰਟਰਨਲ ਬਿਊਟੀ ਇਟਸ ਮੇ ਲਾਈਕ ਵੈਰੀ ਵੈਰੀ ਲਾਈਟਫੁੱਲ ਐਂਡ ਸੋ ਮੈਨੀ ਅਨਦਰ ਥਿੰਗਸ ਡਿਫਰੈਂਟ। ਜਿਹੜੀ ਸਟੇਜ ਹੈ ਖਾਸ ਤੌਰ 'ਤੇ ਬਹੁਤ ਹੀ ਜ਼ਿਆਦਾ ਵਧੀਆ ਅਤੇ ਸਪੇਸ਼ੀਅਸ ਵੀ ਹੈ। ਨਰਾਇਣਗੜ੍ਹ ਦੀ ਇਹ ਸੈਰ ਕੰਪਲੀਟ ਕਰਨ ਤੋਂ ਬਾਅਦ ਹੁਣ ਮੈਂ ਚੱਲੀ ਹਾਂ ਜੀ ਮੁਕਤਸਰ ਦੀ ਸੈਰ 'ਤੇ, ਆਪਣੀ ਅਗਲੀ ਮੰਜ਼ਿਲ ਵੱਲ। ਬਟ ਹਾਂ, ਮੈਂ ਤੁਹਾਨੂੰ ਵੀ ਕਹਿ ਦਾਂ ਕਿ ਸੈਰ ਕੰਟੀਨਿਊ ਰੱਖਣੀ ਹੈ ਨਾ, ਅਤੇ ਠੰਡ ਠੁੰਡ ਦੀ ਟੈਨਸ਼ਨ ਨਹੀਂ ਲੈਣੀ, ਬਿਕੋਜ਼ ਠੰਡ ਤਾਂ ਜਿਹੜੀ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਥੋੜ੍ਹੇ ਜਿਹੇ ਦਿਨ ਹੈਗੀ ਹੈ, ਸੋ ਇੰਜੋਏ ਕਰ ਲਈਏ ਅਤੇ ਨਾਲ ਦੀ ਨਾਲ ਇਹ ਵੀ ਇੰਜੋਏ ਕਰ ਲਈਏ ਵੀ ਅਗਲੀ ਪਲੇਸ ਮੁਕਤਸਰ ਦੀ ਕਿਹੜੀ ਹੋਣ ਵਾਲੀ ਹੈ। ਥੋਮਸ ਫਾਸਟ ਫੂਡ ਦੀ ਇਹ ਸ਼੍ਰੇਣੀ ਤੋਂ ਫਿਲਹਾਲ ਮੈਂ ਲੱਗੀ ਹਾਂ ਜੀ ਇਹ ਬਰਗਰ ਦਾ ਖਾਣ, ਬਿਕੋਜ਼ ਮੈਨੂੰ ਸੱਚੀ ਨਾਲ ਸੈਰ ਕਰਦੇ ਕਰਦੇ ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਪਲੀਜ਼ ਟੇਕ ਅ ਸ਼ਾਰਟ ਬ੍ਰੇਕ, ਮੈਂ ਮਿਲ ਰਹੀ ਹਾਂ ਜੀ ਬ੍ਰੇਕ ਤੋਂ ਬਾਅਦ। सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज मार्केट में आया है ये योग किट, पहली बार दिमाग और ताकत की होगी बच्चों में भरमार। बच्चों के शरीर में न रहने दे कोई कमी, योग किट में एलोवेरा अश्वगंधा शंख पुष्पी और ब्रह्मी। बच्चों के मामले में क्यों कानों के कच्चे हैं? अरे आप हमारे पेरेंट्स हो, हम तो आपके बच्चे हैं। आप भी समझदार पेरेंट्स बने, बच्चों के लिए यो किड चुने। पुखराज प्योर हर्बल का यो किड, आपके बच्चों का हेल्थ एंड ब्रेन बूस्टर। विधाता ज्वेलर्स, सर्टिफाइड गोल्ड ते डायमंड ज्वेलरी विच एक पहचान, इत्थे है प्योरिटी विद प्रूफ ते गोल्ड दी सेल्फ टेस्टिंग मशीन, ताही ता है हर एक नु विश्वास विधाता ज्वेलर्स ते। विधाता ज्वेलर्स, सदन मार्केट नेड़े कमल चौक जगराओं। कॉन्टैक्ट 8054395000 ते 8054195000। विधाता ज्वेलर्स, भारत मानक ब्यूरो वलो अप्रूव्ड। ਚੁੱਕਿਆ ਤੇ ਲੋਹੜੀ ਬਿਲਕੁਲ ਆਈ ਗਈ ਹੈ, ਤੇ ਗਿਫਟ ਦਾ ਸਿਲਸਿਲਾ ਜਿਹੜਾ ਭਾਈ ਚੱਲਦਾ ਹੀ ਰਹਿੰਦਾ। ਸੋ ਇਸ ਗਿਫਟ ਦੇ ਸਿਲਸਿਲੇ ਦੇ ਵਿੱਚ ਖਾਸ ਤੌਰ ਤੇ ਵਹੀਕਲਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਨੇ ਇਸ ਟਾਈਮ ਦੇ ਵਿੱਚ ਮੌਜੂਦ ਨੇ, ਤੁਹਾਨੂੰ ਆਪ ਨੂੰ ਕੋਈ ਪਰਸਨਲ ਸਰਚ ਨਾ ਕਰਨੀ ਪਏ। ਇਸ ਲਈ ਮੈਂ ਤੁਹਾਨੂੰ ਲੈ ਆਇਆ ਜੀ SRG ਹੋਂਡਾਸ ਦੇ, ਤੇ ਆਪਾਂ ਦੇਖਣੀ ਕਿ ਹੋਂਡਾ ਦੀ ਜਿਹੜੀ ਲੇਟੈਸਟ ਕਲੈਕਸ਼ਨ ਹੈ 2015 ਦੀ ਕੀ ਕਹਿੰਦੀ ਹੈ। ਇਸ ਕੋਡਕ ਪੂਰਾ ਰੋਡ ਤੇ ਆ ਜਾਓ, ਫਿਰ ਚੱਲਦੇ ਹਾਂ। ਚੀਜ਼ ਮੈਂ ਦੇਖ ਰਹੀ ਹਾਂ ਇਸ ਹੋਂਡਾ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਟਰੈਂਡ ਦੇ ਵਿੱਚ ਅੱਜ ਕੱਲ੍ਹ ਹੈ ਜੀ, ਉਹ ਸਾਡਾ ਹੋਂਡਾ ਯੋਗਾ। ਵੈਸੇ ਘੈਂਟ ਬਾਈਕ ਲੱਗ ਰਹੀ ਹੈ, ਅਤੇ ਬਾਈਕ ਦੇ ਨਾਲ ਮੈਂ ਵੀ ਘੈਂਟ ਲੱਗਦੀ ਹਾਂ। ਇਹਨੂੰ ਖੈਰ ਮੈਂ ਤੁਹਾਨੂੰ ਇਹਦੀਆਂ ਥੋੜ੍ਹੀ ਜਿਹੀ ਫੈਸਿਲਿਟੀ ਫੀਚਰਸ ਜਿਹੜੇ ਨੇ ਹਾਈਲਾਈਟ ਕਰਦਾ। ਬਈ ਮਾਈਲੇਜ ਦੇ ਵਿੱਚ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਕਿ ਚੱਲੂਗਾ ਕਿੰਨੇ ਕਿਲੋਮੀਟਰ, ਹੈ ਨਾ। ਵੈਲ ਇਹਦੀ ਮਾਈਲੇਜ ਜਿਹੜੀ ਹੈ ਜੀ 74 ਹੈ, ਐਂਡ ਦੈਨ ਇੰਜਨ 110cc ਹੈ। ਜੇ ਗੱਲ ਕੀਤੀ ਜਾਵੇ ਤਾਂ ਕਲਰ ਕੰਬੀਨੇਸ਼ਨ ਦੇ ਵਿੱਚ ਬਹੁਤ ਸਾਰੇ ਕਲਰ ਜਿਹੜੇ ਨੇ ਅੱਜ ਕੱਲ੍ਹ ਚੱਲ ਰਹੇ ਨੇ। ਵੈਸੇ ਆਪਾਂ ਜਿੰਨੇ ਵੀ ਪੰਜਾਬੀ ਹਾਂ ਨਾ, ਕਲਰਸ ਦੇ ਮਾਮਲੇ 'ਚ ਬੜੇ ਚੂਜ਼ੀ ਹੈ। ਬ੍ਰਾਈਟ ਕਲਰ ਸਾਨੂੰ ਖਾਸ ਤੌਰ 'ਤੇ ਅਟਰੈਕਟ ਕਰਦੇ ਨੇ, ਬਟ ਦੇਖਣਾ ਇਹ ਹੈ ਕਿ ਇਸ ਹੋਂਡਾ ਦੇ ਵਿੱਚ ਕਲਰ ਕਲੈਕਸ਼ਨ ਕੀ ਕਹਿੰਦੀ ਹੈ। ਉਹ ਮਾਰਦੇ ਇੱਕ ਚਾਰ VRS ਹੋਂਡਾ ਦੇ।
ਸੈਰ ਕਰਨ ਤੋਂ ਬਾਅਦ ਤੇ ਹੋਂਡਾ ਦੀ ਸਾਰੀ ਵੈਰਾਈਟੀ ਦੇਖਣ ਤੋਂ ਬਾਅਦ ਫਿਲਹਾਲ ਮੇਰੇ ਨਾਲ ਇੱਕ ਕਸਟਮਰ ਮੌਜੂਦ ਨੇ ਉਹ ਬੜੀ ਦੇਰ ਤੇ ਨਾ ਕੁਝ ਚੂਜ਼ ਕਰ ਰਹੇ ਸੀ ਤਾਂ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਆਫਟਰ ਆਲ ਇਹਨਾਂ ਨੇ ਕੀ ਚੂਜ਼ ਕੀਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸੁਰਜੀਤ ਸਿੰਘ ਜੀ। ਸੁਰਜੀਤ ਜੀ ਕਿੱਥੋਂ ਆਏ ਹੋ? ਕੋਟਕਪੁਰੇ। ਓਕੇ ਸਰ, ਕੀ ਪਰਚੇਸ ਕਰਨ ਆਏ ਹੋ ਅੱਜ? ਐਵੀਏਟਰ ਲੈਣਾ ਹੈ। ਆਲ ਰਾਈਟ ਸਰ। ਅੱਛਾ, ਤੁਹਾਨੂੰ ਹੋਂਡਾ ਹੀ ਕਿਉਂ ਅੱਛਾ ਲੱਗਦਾ? ਸਰਵਿਸ ਬਹੁਤ ਵਧੀਆ ਜੀ। ਅੱਛਾ ਸਰ, ਜੇ ਮੈਂ ਹੋਂਡਾ ਤੋਂ ਇਲਾਵਾ SRG ਦੀ ਜੇ ਗੱਲ ਕਰਾਂ ਤਾਂ SRG ਇੱਕ ਇਹਨਾਂ ਦੀ ਡੀਲਰਸ਼ਿਪ ਆ, ਤੇ ਇਹਨਾਂ ਦੀ ਡੀਲਰਸ਼ਿਪ ਤੋਂ ਤੁਸੀਂ ਕਿੰਨੇ ਕੁ ਸੈਟੀਸਫਾਈ ਹੋ ਜੇ ਗੱਲ ਸਰਵਿਸ ਦੀ ਹੋਵੇ ਜਾਂ ਫਿਰ ਸਰਵਿਸ ਦੀ ਗੱਲ ਹੋਵੇ ਤਾਂ ਇਹ ਸਾਡੇ ਅਸੀਂ ਇਹਨਾਂ ਨੂੰ ਇੱਕ ਫੋਨ ਕਾਲ ਕਰ ਰਹੀਏ ਤਾਂ ਇਹ ਕਰ ਪਾਉਂਦੇ ਆ, ਰਿਸਕ ਦਿੰਦੇ ਆ। ਕੋਈ ਪਾਰਟਸ ਮਤਲਬ ਖਰਾਬ ਹੁੰਦਾ ਤਾਂ ਤੁਸੀਂ ਚੇਂਜ ਕਰਕੇ ਦਿੰਦੇ। ਓਕੇ, ਠੀਕ ਹੈ, ਮਤਲਬ ਤੁਹਾਡਾ ਵਿਸ਼ਵਾਸ ਹੋਂਡਾ ਤੇ ਜਿੰਨਾ ਉਨਾ ਹੀ SRG ਤੇ ਹੈ। ਸੈਟੀਸਫਾਈ ਹੈ ਸਰ। ਓਕੇ, ਠੀਕ ਹੈ, ਥੈਂਕ ਯੂ ਸੋ ਮਚ ਸੁਖਜੀਤ ਜੀ ਗੱਲਬਾਤ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਵੈਲ, ਇਹ ਤਾਂ ਸੀ ਜੀ ਸੁਖਜੀਤ ਜੀ ਕੋਟਕਪੁਰਾ ਤੋਂ ਏਵੀਏਟਰ ਪਰਚੇਸ ਕਰਨ ਆਏ ਸੀ ਤੇ ਉਹਨਾਂ ਨੇ ਪਸੰਦ ਵੀ ਕਰ ਲਿਆ, ਬਟ ਤੁਸੀਂ ਕੀ ਪਸੰਦ ਕੀਤਾ? ਖੈਰ ਇਹ ਮੈਨੂੰ ਤਾਂ ਪਤਾ ਨਹੀਂ, ਕਾਸ਼ ਤੁਹਾਡੇ ਤੋਂ ਮੈਂ ਸਾਰੇ ਤੋਂ ਪੁੱਛ ਸਕਦੀ, ਨੋਟ ਪੋਸੀਬਲ ਨਾ, ਬਟ ਸਟਿਲ ਕੀਪ ਵਾਚਿੰਗ ਸੈਰ ਪੰਜਾਬ ਦੀ, ਬਿਕੋਜ਼ ਹਾਲੇ ਬਹੁਤ ਕੁਝ ਬਾਕੀ ਹੈ। ਲੋਕਾਂ ਦੀ ਜਿਨ੍ਹਾਂ ਨੇ ਮੁਕਤਸਰ ਸਿਟੀ ਦੇ ਵਿੱਚ ਸੈਟਲਡ ਹੋਣਾ ਹੈ ਜਾਂ ਫਿਰ ਆਪਣਾ ਫਿਊਚਰ ਸਿਕਿਓਰ ਕਰਨ ਦੇ ਲਈ ਕੋਈ ਨਾ ਕੋਈ ਇਨਵੈਸਟਮੈਂਟ ਕਰਨੀ ਹੈ, ਉਹ ਵੀ ਸਪੈਸ਼ਲੀ ਰਿਲੇਟਿਡ ਟੂ ਪ੍ਰੋਪਰਟੀ। ਸੋ ਇਸ ਇਸ਼ੂ ਨੂੰ ਲੈ ਕੇ ਮੈਂ ਪਹੁੰਚ ਚੁੱਕੀ ਹਾਂ ਜੀ ਪਾਰਕ ਐਵੇਨਿਊ ਕਲੋਨੀ ਦੇ ਵਿੱਚ, ਅਤੇ ਹੁਣ ਮੈਂ ਤੁਹਾਨੂੰ ਕਰਾਉਣੀ ਹਾਂ ਇਸ ਕਲੋਨੀ ਦੀ ਸੈਰ, ਜਿਹੜੀ ਕਿ ਬਾਹਰੋਂ ਦੇਖਣ ਨੂੰ ਤਾਂ ਬੜੀ ਅਟਰੈਕਟਿਵ ਹੈ ਅਤੇ ਅੰਦਰੋਂ ਕਿੱਦਾਂ ਦੀ ਹੈ ਇਹ ਜਾਣਨ ਲਈ ਤਾਂ ਫਿਰ ਅੰਦਰ ਹੀ ਜਾਣਾ ਪੈਣਾ ਨਾ। ਆਓ ਚੱਲੀਏ। ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਤਾਂ ਬੜੀ ਹੀ ਡਿਸਿਪਲੇਨਡ ਜੀ ਲੋਕੇਸ਼ਨ ਹੈ, 25 ਏਕੜ ਦੇ ਵਿੱਚ ਇਹ ਜਿਹੜੀ ਪੂਰੀ ਕਲੋਨੀ ਹੈ ਜਿਹੜੀ ਬਣਾਈ ਹੋਈ ਹੈ। ਅਤੇ ਜੇ ਫੈਸਿਲਿਟੀਜ਼ ਦੀ ਗੱਲ ਕਰਾਂ ਜਾਂ ਸਰਵਿਸਿਜ਼ ਦੀ ਗੱਲ ਕਰਾਂ ਤਾਂ ਇਹ ਜਿਹੜੇ ਰੋਡਸ ਜਿਨ੍ਹਾਂ 'ਤੇ ਮੈਂ ਚੱਲ ਰਹੀ ਹਾਂ ਬਹੁਤ ਜ਼ਿਆਦਾ ਕੰਫਰਟੇਬਲ ਨੇ, ਬਹੁਤ ਹੀ ਖੁੱਲ੍ਹੇ ਨੇ, ਆਈ ਮੀਨ ਟ੍ਰੈਫਿਕ ਦਾ ਕੋਈ ਸੀਨ ਨਹੀਂ ਹੈ, ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ, ਅਤੇ ਉਸ ਦੇ ਨਾਲ ਨਾਲ ਹੋਰ ਕੀ ਹੈ, ਆਓ ਦੇਖਦੇ ਹਾਂ। ਜ਼ਿੰਦਗੀ ਤੋਂ ਥੋੜ੍ਹਾ ਸਟ੍ਰੈਸ ਫਰੀ ਬਣਾਉਣ ਦੇ ਲਈ ਇਹ ਕਲੋਨੀ ਤੁਹਾਨੂੰ ਦੇ ਰਹੀ ਹੈ ਜੀ 3 ਵੱਡੇ ਪਾਰਕਸ, ਅਤੇ ਨਾਲ ਦੀ ਨਾਲ ਦੇ ਰਹੀ ਹੈ ਜੀ ਇਹ ਕਮਰਸ਼ਲ ਏਰੀਆ। ਮਤਲਬ ਕਿ ਜੇ ਬਿਜ਼ਨਸ ਅਤੇ ਸੈਟਲਮੈਂਟ ਦੇ ਬਾਰੇ ਜੇ ਤੁਹਾਡਾ ਕੋਈ ਆਈਡੀਆ ਹੈ ਮੁਕਤਸਰ ਸਿਟੀ ਦੇ ਵਿੱਚ ਤਾਂ ਗੁੱਡ ਆਈਡੀਆ, ਦੇਖੋ ਪਾਰਕ ਐਵੀਨਿਊ ਬਿਲਕੁਲ ਤੁਹਾਡੀ ਸਪੋਰਟ ਦੇ ਵਿੱਚ ਹੈ। ਏਰੀਆ ਭਾਵੇਂ ਕਾਫੀ ਸ਼ਾਂਤ ਹੈ ਬਟ ਕੰਸਟਰਕਸ਼ਨ ਚੱਲਦੀ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਵੀ ਰੌਣਕਾਂ ਪੂਰੀਆਂ ਲੱਗਣ ਵਾਲੀਆਂ ਨੇ। ਅਤੇ ਜੇ ਮੈਂ ਗੱਲ ਕਰਾਂ ਬਾਕੀ ਦੀਆਂ ਫੈਸਿਲਿਟੀਜ਼ ਦੀ ਤਾਂ ਇਲੈਕਟ੍ਰੀਸਿਟੀ ਜਿਹੜੀ ਹੈ 24 hours ਅੰਡਰਗਰਾਊਂਡ ਇਲੈਕਟ੍ਰੀਸਿਟੀ, ਸੀਵਰੇਜ ਜਿਹੜੀ ਉਹ ਵੀ ਅੰਡਰਗਰਾਊਂਡ ਹੈ ਵਿਦ ਫੁੱਲ ਨਿਊ ਟੈਕਨੀਕਸ, ਇਨਵਾਇਰਮੈਂਟਲ ਬਿਊਟੀ ਬਹੁਤ ਸੋਹਣੀ ਹੈ। ਹਰ ਘਰ ਦੇ ਨਾਲ ਇਨਵਾਇਰਮੈਂਟਲ ਬਿਊਟੀ ਜਿਹੜੀ ਉਹ ਅਟੈਚਡ ਹੈ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਅਤੇ ਅਟਰੈਕਟਿਵ ਲੱਗ ਰਹੀ ਹੈ। ਮੈਂ ਤੁਹਾਡਾ ਆਪਣਾ ਦਿਲ ਕਰਨਾ ਵੀ ਸਾਡੇ ਘਰ ਦੇ ਪਲਾਂਟਸ ਜਿਹੜੇ ਨੇ ਗਵਾਂਢੀਆਂ ਨਾਲੋਂ ਥੋੜ੍ਹੇ ਕਿਉਂ ਲੱਗ ਰਹੇ ਨੇ, ਹੈ ਨਾ? ਵੈਸੇ ਜ਼ਿਆਦਾ ਸੋਚਣ ਵਾਲੀ ਗੱਲ ਨਹੀਂ ਹੈ। Complete package of your dream house. Dekho, location wise it's good, facilities wise is awesome, and je gal residence di kara ta fir ta mind blowing hai, hai na? ਸੋ ਇਹ ਸੀ ਜੀ ਪਾਰਕ ਐਵੀਨਿਊ ਕਲੋਨੀ ਦੀ ਬਹੁਤ ਹੀ ਬਿਊਟੀਫੁਲ ਵਾਲੀ ਸੈਰ ਇਸ ਬਿਊਟੀਫੁਲ ਜਿਹੇ ਇਨਵਾਇਰਮੈਂਟ ਦੇ ਵਿੱਚ। ਫਿਲਹਾਲ ਆਪਾਂ ਚੱਲ ਰਹੇ ਹਾਂ ਜੀ ਮੁਕਤਸਰ ਦੀ ਸੈਰ 'ਤੇ ਆਪਣੀ ਅਗਲੀ ਮੰਜ਼ਿਲ ਵੱਲ। ਚਲੀਏ, ਦਿਲ ਹੀ ਨਾ ਕਰਦਾ, ਜਾਣਾ ਪੈਣਾ। ਇਸ ਤਰ੍ਹਾਂ ਦੀ ਡੈਸਟੀਨੇਸ਼ਨ ਤੇ ਜਿਹੜੀ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਵਾਲਾ ਰੋਲ ਪਲੇ ਕਰਦੀ ਹੈ, ਕਿਹੜੀ ਹੋ ਸਕਦੀ ਹੈ? ਇਹ SRK ਗਰੁੱਪਸ ਦਾ ਇਹ ਫਰਨੀਚਰ ਤੇ ਇਲੈਕਟ੍ਰੋਨਿਕਸ ਹਾਊਸ। ਬਿਕੋਜ਼ ਮੈਂ ਸੁਣਿਆ ਕਿ ਇਹਨਾਂ ਦੀ ਇਸ ਹਾਊਸ ਦੇ ਵਿੱਚ, ਯਾਨੀ ਕਿ ਇਸ ਫਰਨੀਚਰ ਤੇ ਇਲੈਕਟ੍ਰੋਨਿਕ ਹੋਮ ਦੇ ਵਿੱਚ ਬਹੁਤ ਜ਼ਿਆਦਾ ਵਾਲੀ ਵੈਰਾਈਟੀ ਹੈ। ਖਾਸ ਤੌਰ 'ਤੇ ਜਿਹੜੇ ਮੁਕਤਸਰ ਦੇ ਲੋਕ ਨੇ ਉਹ ਇੱਥੇ ਸ਼ੋਪਿੰਗ ਕਰਨ ਦੇ ਲਈ ਆਉਂਦੇ ਨੇ। ਕੀ ਸ਼ੋਪਿੰਗ ਕਰਦੇ ਨੇ ਅਤੇ ਕੀ ਖਾਸ ਪਸੰਦ ਕਰਦੇ ਨੇ ਡਿਜ਼ਾਇਨਰਸ ਦੇ ਵਿੱਚ, ਆਓ ਜੀ ਕਰਦੇ ਹਾਂ ਸੈਰ ਇਸ SRK ਗਰੁੱਪਸ ਦੀ ਅਤੇ ਜਾਣਦੇ ਹਾਂ।
समझ आ गया कि आरके ग्रुप्स है ना फेमस क्यों है स्पेशली इस फर्नीचर के नाल रिलेटेड। इदा कर दे तुसी ये सारी चीज़ा आप देखो तो मैं भी पर्सनली एक एक करके चीज़ देख ही लैनी है। हो सकता है कि मैंने भी कुछ ना कुछ इतना फर्नीचर के पसंद आ ही जाए। मुक्तसर सिटी की याद है भाई, कुछ ना कुछ लैके जाना तो बनता है ना। वैसे सैमसंग ब्रांड हर चीज़ के लिए बहुत मनिया प्रमनिया, बट रेफ्रिजरेटर तो मतलब सीरियसली माइंड ब्लोइंग है। एक तो एक वरायटी है तो कलैक्शन जिस तरह की थोड़ी प्रेफरेंस है अपनी फैसिलिटीज़ में लैके तुम चूज कर सकते हो जी। इस आर के ग्रुप्स तो अपनी पसंदीदा रेफ्रिजरेटर बस करो बस करो। टीवी तो अपने घर बैठे वेखी जाने, थोड़ी गलबात कर लो। मैं थोड़े नाल मुक्तसर की सैर करवा रही हूँ तो फिलहाल करिए जी आर के ग्रुप्स के बीच। एक्चुअली ना इतने बहुत सारे कस्टमर्स मैं नज़र आ रहे हैं तो मैं लगता है कि बड़े ही स्वीट स्वीट ने। आओ देखते हैं उन्होंने स्वीटनेस तो देखते हैं कि परचेज करना है। बड़े इंटरस्टिंग जे कस्टमर्स ने बड़ी इंटरस्टिंग जे क्वेरीज चल रही थी, बट मैं नहीं पता कि इन्होंने क्वेरीज जी ने फुलफिल हुई कि नहीं है। आपको तो जानना है। सत श्रीकाल जी। सत श्रीकाल सर, की हाल चाल है जी? वैसे मैं ये दसो कि थोड़िया जी क्वेरीज सी आरके वाले ने कितनी तरह मतलब सैटिस्फाई किया? 100% की परचेज करना है? रेफ्रिजरेटर। वैसे कोई खास गल है गिफ्ट कर रहे हो या फिर एवं रैंडम? यस बिल्कुल जी, लोहड़ी का मौका है इसलिए अभी रेफ्रिजरेटर गिफ्ट कर रहे हैं मैडम। हाँ भाई ठीक है। अच्छा सर आरके दे नाल कदों दे जुड़े हुए हो? आरके दे नाल असीं पिछले 5 सालों जुड़े हुए हैं जी। सानू इत्थे जदों भी आउंदे आ सानू सारी क्वालिटी वैरायटी बहुत अच्छी मिलदी है, इस करके असीं इत्थे आके जी फुल सैटिस्फाई हो जांदे आ। ऑल राइट। अच्छा इत्थों तुहानू होर की गिफ्ट हो चुका है? मैम वॉशिंग मशीन, मैम लास्ट ईयर परचेज, नाउ लाइक फर्नीचर हाउस बेड। फर्नीचर हाउस इलेक्ट्रॉनिक्स हाउस सारा कुछ कंप्लीट पैकेज मिल रहा है। मैंने दोबारा दसने की लोड़ नहीं बिकॉज उन्होंने दस दिता, बट फिलहाल वक्त यही कह रहा है कि ये जी सैर है इन देना पैना एक छोटा जो पॉज बिकॉज वी हैव टू गो फॉर अवर नेक्स्ट प्लेस। सो लेट्स गो एंड लेट्स एंजॉय। सो किस तरह की लगी थोनू आज की इस शहर मुक्तसर की सैर? आई होप कि तुसी बहुत इंजॉय किया होना बिकॉज मैं आप भी बहुत ज्यादा इंजॉय किया। बड़िया सारिया नवी चीज़ा सिटी के आई हैं, खास तौर पर डेवलपमेंट के पॉइंट ऑफ व्यू तो जो मैं गल करा तो सिटी काफ़ी ज़्यादा डेवलप कर चुकी है, हैपनिंग हो गई है, रौनक जड़िया ने बाजारों दध गई ने। सो इस रौनक मेले में इंजॉय करते हुए मैं थोड़ा ओके बाय बाय टाटा कहना पैना बिकॉज टाइम जरा इजाजत नहीं दे रहा, बट हाँ ये वादा जरूर है जी अगले हफ्ते आप सेम टाइम से एक नवी सिटी के नाल दोबारा मिलेंगे जी। वैल जे अपनी सिटी की सैर एक बार फिर घर बैठ के इंजॉय करनी है तो www.sarpanjabi.com से अपनी सिटी का नाम पा के तुसी घर बैठे एक बार फिर अपने शहर की सैर नू कर सकते हो इंजॉय। टिल दैन मैं अमरिंदर कौर लै रही हूँ जी थोड़े तो इजाजत मिलते हैं जी अगले हफ्ते। बाय, टेक केयर एंड शबा खैर।